ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਅੱਜ ਦੀ ਇਸ ਨਵੀਂ ਵੀਡੀਓ ਵਿੱਚ। ਸੋ ਦੋਸਤੋ, ਅੱਜ ਗੱਲ ਕਰਾਂਗੇ ਮਾਰਚ ਇਨਟੇਕ ਦੀ, ਜਿਹੜੇ ਲਿਮਿਟਡ ਆਪਸ਼ਨਸ ਨੇ ਯੂਕੇ ਵਾਸਤੇ ਆਪਾਂ ਗੱਲ ਕਰ ਰਹੇ ਹਾਂ, ਨਾਲ ਦੀ ਨਾਲ ਮਈ ਇਨਟੇਕ ਦੀ ਜੋ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਉੱਤੇ ਡਿਸਕਸ ਕਰਾਂਗੇ। ਕਿੱਦਾਂ ਕਿੱਦਾਂ ਦੇ ਆਪਸ਼ਨ ਮਿਲ ਰਹੇ ਨੇ, ਕਿੰਨਾ ਕਿੰਨਾ ਨੂੰ ਮਿਲ ਰਹੇ ਨੇ, ਕਿਹਨੂੰ ਕਿਹਨੂੰ ਕਿਹੜੇ ਇਨਟੇਕ 'ਚ ਅਪਲਾਈ ਕਰਨਾ ਚਾਹੀਦਾ। ਸੋ ਕਾਫੀ ਕੋਸ਼ਿਸ਼ ਰਹੇਗੀ ਇਸ ਵੀਡੀਓ ਦੇ ਵਿੱਚ ਕਲੈਰਿਟੀ ਪ੍ਰੋਵਾਈਡ ਕਰਨ ਦੀ, ਡਿਟੇਲ ਦੇ ਵਿੱਚ ਤੁਹਾਨੂੰ ਐਡਵਾਈਸ ਕਰਨ ਦੀ, ਜਿਹੜੇ ਵੀ ਦੋਸਤ ਯੂਕੇ ਅਪਲਾਈ ਕਰਨਾ ਚਾਹੁੰਦੇ। ਸੋ ਕਿਸੇ ਨੇ ਵੀ ਆਪਣੀ ਯੂਕੇ ਦੀ ਸਟੂਡੈਂਟ ਵੀਜ਼ਾ ਦੀ, ਸਪਾਊਸ ਵੀਜ਼ਾ ਦੀ, ਡਿਪੈਂਡੈਂਟ ਦੀ ਐਪਲੀਕੇਸ਼ਨ ਅਪਲਾਈ ਕਰਨੀ ਹੈ ਤਾਂ ਵੀਜ਼ਾ ਆਫਿਸ ਦੀ ਟੀਮ ਦਾ ਸਕਸੈਸ ਰੇਟ ਜਿਹੜਾ ਆਲਮੋਸਟ 100% ਦੇ ਆਸ ਪਾਸ ਚੱਲ ਰਿਹਾ। ਸੋ ਸਪਾਊਸ ਦਾ ਤਾਂ ਹੈ ਹੀ 100% ਹੈਗਾ। ਸਟੂਡੈਂਟ ਦੇ ਵਿੱਚ ਲਿਮਿਟਡ ਵੇਚ ਇੰਟਰਵਿਊ ਆ ਸਕਦੀ ਹੈ, ਉਹਦੇ ਵਿੱਚੋਂ ਵੀ ਵੀਜ਼ੇ ਨਿਕਲ ਜਾਂਦੇ ਨੇ, ਲੇਕਿਨ 100% ਕਦੇ ਵੀ ਨਹੀਂ ਨਿਕਲਦੇ। ਡਿਪੈਂਡ ਕਰਦਾ ਬੱਚੇ ਦੇ ਉੱਪਰ ਕਿ ਉਹ ਕਿਸ ਤਰੀਕੇ ਨਾਲ ਆਂਸਰ ਉੱਥੇ ਕਰਦਾ ਹੈ। ਸੋ ਕੋਈ ਵੀ ਅਪਲਾਈ ਕਰਨਾ ਚਾਹੁੰਦਾ ਹੈ, 90410 90410 ਸਾਡਾ ਹੈਲਪਲਾਈਨ ਨੰਬਰ ਹੈ, ਕਾਲ ਕਰ ਸਕਦੇ ਹੋ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ, ਇਨਫੋਰਮੇਸ਼ਨ ਲੈ ਸਕਦੇ ਹੋ, ਆਪਣਾ ਪ੍ਰੋਫਾਈਲ ਜਿਹੜਾ ਉਹ ਡਿਸਕਸ ਕਰ ਸਕਦੇ ਹੋ। ਸੋ ਦੋਸਤੋ, ਇਹ ਖਾਸ ਵੀਡੀਓ ਯੂਕੇ ਵਾਸਤੇ ਰਹੇਗੀ, ਕਿਉਂਕਿ ਹੁਣ ਹਾਲ ਦੀ ਘੜੀ ਵੀ ਤੁਸੀਂ ਦੇਖਿਆ ਕਿ ਕੈਨੇਡਾ ਤੋਂ ਕਾਫੀ ਰਿਫਿਊਜ਼ਲਸ ਆਏ, ਬਹੁਤ ਬੱਚੇ ਰਿਫਿਊਜ਼ ਹੋਏ ਜਿਨ੍ਹਾਂ ਦੇ ਬੈਂਡ 1.5 ਸੀਗੇ, ਉਹਨਾਂ ਨੇ ਆਇਲਸ ਦੁਬਾਰਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਹਿਲਾਂ ਹੀ 4-4, 5-5 ਵਾਰ ਆਇਲਸ ਕਰਕੇ ਬੜੀ ਮੁਸ਼ਕਲ ਨਾਲ ਬੈਂਡ ਆਏ ਸੀ। ਹੁਣ ਗੈਪ ਪੈ ਚੁੱਕਿਆ, 18 ਪਾਸ ਆਊਟ ਨੇ, 19 ਪਾਸ ਆਊਟ ਨੇ, ਕੈਨੇਡਾ ਦਾ ਸੁਪਨਾ ਜਿਹੜਾ ਉਹ ਧੁੰਦਲਾ ਜਿਹਾ ਦਿਖ ਰਿਹਾ, ਤਾਂ ਉਹਨਾਂ ਨੂੰ ਮੈਂ ਐਡਵਾਈਸ ਕਰਾਂਗਾ ਕਿ ਯੂਕੇ ਤੁਹਾਡੇ ਲਈ ਹੁਣ ਬੈਸਟ ਆਪਸ਼ਨ ਨਿਕਲ ਕੇ ਆਇਆ। ਯੂਕੇ ਤੁਸੀਂ ਬੈਚਲਰ ਕਰਕੇ ਗਾਂ ਕੱਲ ਨੂੰ ਕੈਨੇਡਾ ਜਾਣਾ ਚਾਹੁੰਦੇ ਤਾਂ ਮਾਸਟਰ ਵਾਸਤੇ ਵੀ ਜਾ ਸਕਦੇ ਹੋ, ਜਿਹੜੇ ਪਲੱਸ ਟੂ ਵਾਲੇ ਬੱਚੇ ਨੇ, ਕਿਉਂਕਿ ਰਸਤੇ ਬੰਦ ਨਹੀਂ ਹੋਏ, ਚੀਜ਼ਾਂ ਕਈ ਹੁੰਦੀਆਂ। ਬਟ ਹਾਂ, ਇਸ ਚੀਜ਼ ਦੀ ਗਰੰਟੀ ਕਦੇ ਨਹੀਂ ਹੁੰਦੀ ਹੈ ਸਟੂਡੈਂਟ ਦੇ ਉੱਪਰ ਹੈ, ਜਿਹੜਾ ਜਾ ਕੇ ਉੱਥੇ ਪੜ੍ਹੇਗਾ ਨਹੀਂ, ਸਟੱਡੀ ਨਹੀਂ ਕਰੇਗਾ, ਉਹਨੂੰ ਮਾਸਟਰਸ ਫਿਰ ਕੈਨੇਡਾ ਵੀ ਕਿੱਦਾਂ ਐਡਮਿਸ਼ਨ ਦੇ ਦੇਗਾ। ਸੋ ਇਹ ਤੁਹਾਡੇ 'ਤੇ ਹੈ, ਕੰਟਰੀ 'ਚੋਂ ਕਿਸੇ ਹੋਰ ਵਧੀਆ ਕੰਟਰੀ ਜਾਂਦੇ ਆ, ਥੋੜਾ ਮਾਇੰਡ ਵੀ ਜਿਹੜਾ ਚੇਂਜ ਹੁੰਦਾ, ਕੋਈ ਸਟ੍ਰੈਸ ਨਹੀਂ ਰਹਿੰਦਾ, ਤਾਂ ਬੰਦਾ ਅੱਗੇ ਦੇ ਆਪਸ਼ਨ ਵੀ ਦੇ ਸਕਦਾ ਜਿਹੜੇ ਯੂਕੇ ਨਹੀਂ ਰਹਿਣਾ ਚਾਹੁੰਦੇ। ਵੈਸੇ ਯੂਕੇ ਠੀਕ ਹੈ, ਯੂਕੇ ਨੇ ਅੱਗੇ ਪੀਆਰ ਦੇ ਪਾਥਵੇ ਵੀ ਲਾਂਚ ਕਰਨੇ ਨੇ, ਈਵਨ ਸਕਿਲਡ ਕੈਟਾਗਰੀ ਦੇ ਅੰਦਰ ਤੁਸੀਂ ਅਜੇ ਵੀ ਪਰਮਾਨੈਂਟ ਹੋ ਸਕਦੇ ਹੋ। ਇਨਟੇਕ 'ਤੇ ਵਾਪਸ ਆਉਂਦੇ ਹਾਂ, ਯੂਕੇ ਦਾ ਜਿਹੜਾ ਹੁਣ ਅਗਲੀ ਐਡਮਿਸ਼ਨ ਹੈ ਉਹ ਮਾਰਚ ਇਨਟੇਕ ਦੀ ਚੱਲ ਰਹੀ, ਕਿਉਂਕਿ ਦਸੰਬਰ ਆਲਮੋਸਟ ਐਂਡ ਵਾਲੇ ਪਾਸੇ ਵੱਧ ਰਿਹਾ, ਇਸ ਤੋਂ ਬਾਅਦ ਥੋੜੀਆਂ ਛੁੱਟੀਆਂ ਹੋ ਜਾਣੀਆਂ, ਯੂਨੀਵਰਸਿਟੀ ਵੱਲੋਂ ਕੋਈ ਜ਼ਿਆਦਾ ਰਿਸਪੋਂਡ ਹੈ, 10 ਕੁ ਦਿਨ ਜਿਹੜਾ ਉਹ ਨਹੀਂ ਆਉਣਾ, ਤਾਂ ਜਿਹੜਾ ਫਰਵਰੀ ਵਾਲਾ ਸੀਗਾ ਆਲਮੋਸਟ ਖਤਮ ਹੈ, 2-4 ਦਿਨ ਬੱਚੇ ਨੇ ਜਿਹੜੇ ਅਪਲਾਈ ਕਰਨਾ ਚਾਹੁੰਦੇ ਕਰ ਸਕਦੇ ਆ। ਆਫਰ ਲੈਟਰ ਜਿਹੜੇ ਨੇ ਉਹ ਜਿਹੜੇ ਯੂਕੇ ਦੇ ਨੇ ਉਹ ਜਨਵਰੀ ਤੋਂ ਇਸ਼ੂ ਹੋਣੇ ਸਟਾਰਟ ਹੋਣਗੇ, ਫਾਸਟ ਜੇ ਗੱਲ ਕਰੀ, ਹੁਣ ਵੀ ਹੋ ਰਹੇ ਨੇ, ਉਹ ਲਿਮਿਟਡ ਵੇਚ ਹੋ ਰਹੇ ਨੇ। ਮਾਰਚ ਇਨਟੇਕ ਜਿਹੜਾ ਆਲਮੋਸਟ ਜਿਹੜਾ, ਕਿਉਂਕਿ ਯੂਨੀਵਰਸਿਟੀਆਂ 2-4 ਹੀ ਸੀਗੀਆਂ, ਬਹੁਤ ਜ਼ਿਆਦਾ ਯੂਨੀਵਰਸਿਟੀਆਂ ਨਹੀਂ ਸੀਗੀਆਂ, ਉਹ 'ਚੋਂ ਵੀ ਮਾਸਟਰ ਦੇ ਆਪਸ਼ਨ ਜ਼ਿਆਦਾ ਹੁੰਦੇ ਨੇ, ਤਾਂ ਇੱਥੇ ਉਹ ਆਲਮੋਸਟ ਭਰ ਚੱਲਿਆ, ਕਿਉਂਕਿ ਯੂਨੀਵਰਸਿਟੀ ਜਿਹੜੀ ਡੈਡਲਾਈਨ ਹੈ ਉਹ ਹਾਲਾਂਕਿ ਬਾਅਦ ਦੀ ਸੀਗੀ, ਜਨਵਰੀ ਦੀ ਹੈ, ਬਟ ਸਟਿਲ ਯੂਨੀਵਰਸਿਟੀ ਵੱਲੋਂ ਜੋ ਈਮੇਲਸ ਆ ਰਹੀਆਂ ਨੇ ਉੱਤੋਂ ਅੰਦਾਜ਼ਾ ਲੱਗ ਰਿਹਾ ਕਿ ਬਹੁਤ ਜਲਦੀ ਜਿਹੜਾ ਯੂਕੇ ਦਾ ਮਾਰਚ ਇਨਟੇਕ ਹੈ ਉਹ ਫਿਲ ਆਊਟ ਹੋ ਜਾਏਗਾ, ਬਟ ਯੈਸ, ਮਈ ਇਨਟੇਕ ਜਿਹੜਾ ਉਹ ਚੱਲਦਾ ਰਹੇਗਾ। ਸੋ ਮਈ ਇਨਟੇਕ ਵੀ ਜਿਹੜਾ ਉਹ 'ਚ ਐਡਮਿਸ਼ਨ ਚੱਲ ਰਹੀ ਹੈ, ਕਿਉਂਕਿ ਇਹ ਦੋਵੇਂ ਦੋਸਤੋ ਇਨਟੇਕ ਨਾਲ ਛੋਟੇ ਹੁੰਦੇ ਆ, ਇਹਦੇ ਵਿੱਚ ਬਹੁਤ ਜ਼ਿਆਦਾ ਸੀਟਸ ਨਹੀਂ ਹੁੰਦੀਆਂ, ਸਪੈਸ਼ਲੀ ਬੈਚਲਰ ਲਈ ਤਾਂ ਹੋਰ ਘੱਟ ਆਪਸ਼ਨ ਹੁੰਦੇ ਨੇ। ਸੋ ਇਸ ਲਈ ਕਦੇ ਵੀ ਜਿੰਨੇ ਵੀ ਅਪਲਾਈ ਕਰਨਾ ਜਾਂ ਵਿਦਆਊਟ ਆਇਲਸ ਵਾਲਾ ਬੱਚਾ ਹੈ, ਇੱਕ ਤਾਂ ਆਪਸ਼ਨ ਘੱਟ ਹੁੰਦੇ ਨੇ, ਉਹ ਤੋਂ ਜਲਦੀ ਭਰ ਜਾਂਦੇ ਨੇ, ਤਾਂ ਕਦੀ ਵੀ ਟਾਈਮ ਜਿਹੜਾ ਵੇਸਟ ਨਹੀਂ ਕਰਨਾ ਚਾਹੀਦਾ ਕਿ ਅਜੇ ਰੁਕ ਜਾਂਦੇ ਹਾਂ, ਮਹੀਨਾ ਹੋਰ ਦੇਖ ਲੈਂਦੇ ਹਾਂ, ਐਟਲੀਸਟ ਅਸੈਸਮੈਂਟ ਕਰਵਾ ਕੇ ਤੁਸੀਂ ਆਪਣੀ ਆਪਸ਼ਨ ਰੈਡੀ ਕਰਕੇ ਆਫਰ ਅਪਲਾਈ ਕਰ ਸਕਦੇ ਹੋ, ਉਹਦੀ ਕੋਈ ਜ਼ਿਆਦਾ ਕੋਸਟ ਨਹੀਂ ਲੱਗਦੀ। ਯੂਕੇ ਦੀ ਆਫਰ ਲੈਟਰ ਦੀ ਗੱਲ ਕਰੀਏ ਤਾਂ ਕੋਈ ਚਾਰਜ ਨਹੀਂ ਲੱਗਦਾ ਉਸ ਚੀਜ਼ ਦੇ ਵਿੱਚ। ਹਾਂ, ਕਦੇ ਕੇਸ ਕਿਤੇ ਵੀ ਅਪਲਾਈ ਕਰਦੇ ਤਾਂ ਅਗਲੇ ਨੇ ਆਪਣੀ ਪ੍ਰੋਸੈਸਿੰਗ ਫੀਸ ਤੇ ਲੈਣੀ, ਜੇ ਤੁਹਾਡੇ ਕੇਸ ਤੇ ਕੰਮ ਸਟਾਰਟ ਕਰਨਾ ਤਾਂ ਤੁਸੀਂ ਇੱਕ ਬੇਸਿਕ ਜੀ ਪੇਮੈਂਟ ਕਰਕੇ ਆਪਣੀ ਪ੍ਰੋਸੈਸਿੰਗ ਜਿਹੜੀ ਉਹ ਸਟਾਰਟ ਕਰਵਾ ਸਕਦੇ ਹੋ, ਐਟਲੀਸਟ ਆਫਰ ਲੈਟਰ ਸਕਿਓਰ ਕਰ ਸਕਦੇ ਹੋ, ਤਾਂ ਕਿ ਅਜੇ ਪਲਾਨ ਬਣ ਵੀ ਰਿਹਾ, ਫਾਈਨੈਂਸ਼ੀਅਲ ਇਸ਼ੂ ਚੱਲ ਰਿਹਾ, ਤਾਂ ਬਾਅਦ 'ਚ ਤੁਹਾਨੂੰ ਜਿਹੜਾ ਮਈ ਇਨਟੇਕ ਨਹੀਂ ਮਿਲਣਾ, ਫਿਰ ਸਪਟੰਬਰ ਦੀ ਸਿੱਧੀ ਐਡਮਿਸ਼ਨ ਹੋਏਗੀ, ਤਾਂ ਉਹਦੇ ਵਿੱਚ ਤੁਹਾਨੂੰ ਪਤਾ ਕਿ ਅਜੇ 10 ਮਹੀਨੇ ਦੇ ਆਸ ਪਾਸ ਦਾ ਸਮਾਂ ਜਿਹੜਾ ਬਚਿਆ ਹੋਇਆ, ਫਿਰ 8-10 ਮਹੀਨੇ ਵੇਟ ਕਰਨ ਤੋਂ ਚੰਗਾ ਕਿ ਆਫਰ ਲੈਟਰ ਅਪਲਾਈ ਹੋਊਗਾ, ਜਨਵਰੀ ਫਰਵਰੀ ਤੱਕ ਵੀ ਤੁਹਾਡੇ ਫਾਈਨੈਂਸ਼ੀਅਲ ਸਟੈਬਿਲਿਟੀ ਆ ਜਾਂਦੀ, ਤਾਂ ਤੁਸੀਂ ਫਿਰ ਵੀ ਜਿਹੜਾ ਮਈ ਇਨਟੇਕ ਦੇ ਆਫਰ ਤੇ ਕੰਟੀਨਿਊ ਕਰ ਸਕਦੇ ਹੋ। ਇਹ ਸਿਨੈਰੀਓ ਰਹਿੰਦੇ ਆ, ਮਈ ਆਪਸ਼ਨ ਹੈਗੇ ਨੇ ਜੇ ਬਹੁਤ ਜਲਦੀ, ਮੈਂ ਨਹੀਂ ਕਹਿੰਦਾ ਕਿ ਹੁਣੇ ਜਲਦੀ ਭਰ ਜਾਏਗਾ, ਲੇਕਿਨ ਆਪਸ਼ਨ ਲਿਮਿਟਡ ਨੇ। ਜਨਵਰੀ 'ਚ ਆਫਰ ਲੈਟਰ ਜਿਹੜੇ ਨੂੰ ਐਕਚੁਅਲ 'ਚ ਫਾਸਟ ਫਲੈਜ ਹੋਣੇ ਨੇ, ਇਸ਼ੂ ਹੋਣੇ ਇਹਨਾਂ ਇਨਟੇਕ ਦੀ ਜਾਂ ਮਈ ਇਨਟੇਕ ਦੀ ਗੱਲ ਕਰੀਏ, ਤਾਂ ਪਹਿਲਾਂ ਫਾਈਲ ਕਿਊ 'ਚ ਲੱਗੀ ਹੋਏਗੀ, ਆਫਰ ਅਪਲਾਈਡ ਹੋਏਗਾ, ਤਾਂ ਤੁਹਾਡਾ ਆਫਰ ਲੈਟਰ ਪਹਿਲਾਂ ਆ ਜਾਏਗਾ, ਕਿਉਂਕਿ ਪਹਿਲੇ ਆਫਰ ਲੈਟਰਾਂ 'ਤੇ ਸਕਾਲਰਸ਼ਿਪ ਮਿਲਣ ਦੇ ਚਾਂਸਿਸ ਵੀ ਵਧੀਆ ਰਹਿੰਦੇ ਨੇ, ਮਤਲਬ 1-2 ਲੱਖ ਤੱਕ ਦਾ ਤੁਹਾਡਾ ਬੈਨੀਫਿਟ ਜਿਹੜਾ ਅਰਲੀ ਐਡਮਿਸ਼ਨ ਦੇ ਵਿੱਚ ਵੀ ਹੋ ਸਕਦਾ ਹੈ। ਐਂਡ ਯੂਨੀਵਰਸਿਟੀਆਂ ਲੀਨੀਅੰਟ ਰਹਿੰਦੀਆਂ ਨੇ, ਬਾਅਦ 'ਚ ਉਹ ਥੋੜ੍ਹੇ ਰੂਲ ਚੇਂਜ ਕਰ ਲੈਂਦੀਆਂ ਨੇ, ਜਦੋਂ ਅਗਲਾ ਸਾਲ ਚੜ੍ਹਨਾ ਉਹ ਕੀ ਪੋਲਿਸੀ ਲੈਂਦੇ ਨੇ, ਕੀ ਚੇਂਜ ਕਰ ਲੈਂਦੇ ਨੇ, ਉਹ ਕਹਿਣਾ ਥੋੜ੍ਹਾ ਔਖਾ ਹੁੰਦਾ। ਸੋ ਕੁਛ ਦਸੰਬਰ ਦੇ ਲਾਸਟ ਦਿਨ ਬੱਚੇ ਨੇ, ਐਸ ਸੂਨ ਐਸ ਪੋਸੀਬਲ ਆਪਣੀ ਇਨਰੋਲਮੈਂਟ ਤੁਸੀਂ ਕਰਵਾ ਸਕਦੇ ਹੋ। ਵੀਜ਼ਾ ਆਫ ਦੀ ਟੀਮ ਨੂੰ 90410 90410 'ਤੇ ਕਾਲ ਕਰ ਲਓ, ਜਾਂ ਆ ਕੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਆਫਿਸ ਤੁਸੀਂ ਮਿਲ ਸਕਦੇ ਹੋ। ਇੰਸਟਾਗ੍ਰਾਮ ਪੇਜ ਨੂੰ ਵੀ ਸਾਡੇ ਫੋਲੋ ਕਰ ਲੈਣਾ ਫੋਰ ਕੁਇਕ ਅਪਡੇਟਸ। ਅੱਜ ਲਈ ਇੰਨਾ ਹੀ, ਧੰਨਵਾਦ।